ਸਤਿ ਸ਼੍ਰੀ ਅਕਾਲ ਜੀ, ਸਨ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਪੂਨਮ ਚੌਧਰੀ। ਵੈਲ, ਇੱਕ ਵਾਰ ਫਿਰ ਫਰਾਈਡੇ ਦਾ ਦਿਨ ਆ ਚੁੱਕਾ ਹੈ ਅਤੇ ਫਰਾਈਡੇ ਦੇ ਦਿਨ ਰਿਲੀਜ਼ ਹੁੰਦੀ ਹੈ ਨਵੀਂ ਫਿਲਮਾਂ। ਅਤੇ ਬਾਲੀਵੁੱਡ ਇੰਡਸਟਰੀ ਯਾਨੀ ਕਿ ਪੰਜਾਬੀ ਫਿਲਮ ਇੰਡਸਟਰੀ ਲੈ ਕੇ ਆਈ ਹੈ ਆਪਣੀ ਇੱਕ ਹੋਰ ਨਵੀਂ ਫਿਲਮ ਜ਼ੋਰਾ ਦਾ ਸੈਕਿੰਡ ਚੈਪਟਰ। ਜ਼ੋਰਾ 10 ਨੰਬਰ ਦੀ ਗ੍ਰੈਂਡ ਸਕਸੈਸ ਤੋਂ ਬਾਅਦ ਹੁਣ ਦੀਪ ਸਿੱਧੂ ਲੈ ਕੇ ਆਏ ਨੇ ਆਪਣੀ ਦੂਸਰੀ ਫਿਲਮ। ਇਸ ਦਾ ਹੀ ਸੀਕੁਅਲ ਯਾਨੀ ਕਿ ਸੈਕਿੰਡ ਪਾਰਟ ਜ਼ੋਰਾ ਦਾ ਸੈਕਿੰਡ ਚੈਪਟਰ, ਜੋ ਕਿ ਅੱਜ ਹੋ ਚੁੱਕਿਆ ਹੈ ਰਿਲੀਜ਼। ਅਤੇ ਇਸ ਦੇ ਨਾਲ ਹੀ ਅੱਜ ਫਿਲਮ ਦਾ ਇੱਕ ਸਪੈਸ਼ਲ ਪ੍ਰੀਮੀਅਰ ਰੱਖਿਆ ਗਿਆ ਹੈ ਚੰਡੀਗੜ੍ਹ ਵਿਖੇ। ਅਤੇ ਚੰਡੀਗੜ੍ਹ ਅਸੀਂ ਪਹੁੰਚੇ ਹੋਏ ਹਾਂ ਐਲੈਂਟੇ ਮੋਲ। ਇੱਥੇ ਸਾਰੀ ਫਿਲਮ ਦੀ ਸਟਾਰ ਕਾਸਟ ਵੀ ਮੌਜੂਦ ਹੈ, ਸੋ ਬਿਨਾਂ ਕਿਸੇ ਦੇਰ ਤੋਂ ਤੁਹਾਨੂੰ ਲੈ ਕੇ ਜਾਣੇ ਅੰਦਰ ਅਤੇ ਮੁਲਾਕਾਤ ਕਰਵਾਉਣੇ ਤੁਹਾਡੀ ਫਿਲਮ ਦੀ ਸਟਾਰ ਕਾਸਟ ਦੇ ਨਾਲ, ਪ੍ਰੋਡਿਊਸਰ, ਐਕਟਰਸ, ਡਾਇਰੈਕਟਰਸ ਦੇ ਨਾਲ। ਅਤੇ ਇਸਦੇ ਨਾਲ ਹੀ ਤੁਹਾਨੂੰ ਦੱਸਾਂਗੇ ਇਸ ਫਿਲਮ ਦੇ ਰਿਵਿਊ। ਸੋ ਲੈਟਸ ਗੋ ਇਨਸਾਈਡ। ਸੋ ਜੀ, ਤੁਹਾਡੀ ਮੁਲਾਕਾਤ ਕਰਵਾਉਣੇ ਆ ਇਸ ਫਿਲਮ ਦੇ ਵਿਲਨ ਕਮ ਹੀਰੋ, ਜੋ ਵੀ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ, ਸਿੰਘਾ, ਜੋ ਜਿਨ੍ਹਾਂ ਨੇ ਆਪਣਾ ਫਿਲਮੀ ਡੈਬਿਊ ਵੀ ਕੀਤਾ। ਅੱਛਾ, ਕਿੱਦਾਂ ਲੱਗ ਰਿਹਾ ਖੁਦ ਨੂੰ ਸਿਲਵਰ ਸਕਰੀਨ 'ਤੇ ਦੇਖ ਕੇ? ਵਧੀਆ ਲੱਗਦਾ ਪਿਆ ਜੀ, ਅਤੇ ਇੰਜੋਏ ਕਰਦੇ ਪਏ ਹਾਂ। ਗਲਤੀਆਂ ਕੱਢਦੇ ਪਏ ਹਾਂ ਕਿ ਅੱਗੇ ਜਾ ਕੇ ਹੋਰ ਪਰਫੈਕਟ ਕਰ ਸਕੀਏ। ਕਿਹੜੇ ਸੀਨ 'ਚ ਲੱਗਿਆ ਕਿ ਹਾਂ ਦੈਟਸ ਮੀ, ਦੈਟਸ ਦਾ ਸਿੰਘਾ ਪਬਲਿਕ ਵਾਂਟ ਟੂ ਸੀ? ਨਹੀਂ, ਇਹ ਤਾਂ ਪਬਲਿਕ ਦੱਸੂਗੀ, ਮੈਂ ਆਪਣੇ ਬਾਰੇ ਕੀ ਦੱਸੂਗਾ ਨਾ, ਪਬਲਿਕ ਦੱਸੂਗੀ। ਇਹ ਤਾਂ ਫਿਰ ਵੀ ਤੁਹਾਨੂੰ ਕੋਈ ਸੀਨ ਦੇਖ ਕੇ ਲੱਗਿਆ ਹੋਵੇ ਕਿ ਹਾਂ ਯਾਰ ਇਹ ਮੈਂ ਬੜਾ ਸਹੀ ਕੀਤਾ, ਅਤੇ ਕੋਈ ਸੀਨ ਦੇਖ ਕੇ ਲੱਗਿਆ ਹੋਵੇ ਨਹੀਂ ਇਹ 'ਚ ਥੋੜ੍ਹਾ ਜਿਹਾ ਇੰਪਰੂਵਮੈਂਟ ਜ਼ਿਆਦਾ ਚਾਹੀਦੀ ਸੀ। ਹਲੇ ਇੰਟਰਵਲ ਹੋਇਆ ਵਾ, ਪਈ ਆ ਹਲੇ ਬਾਕੀ, ਅਤੇ ਪੂਰੀ ਫਿਲਮ ਦੇਖ ਕੇ ਦੱਸੂੰਗਾ ਮੈਂ। ਕੁਛ ਕੁ ਸੀਨ ਸੀਗੇ ਜਦੋਂ ਮੈਂ ਗੱਲ ਕਰਦਾ ਹਾਂ, ਹੈਗੇ ਸੀਨ ਵਧੀਆ। ਇੱਕ ਸਟਾਰਟਿੰਗ ਦੇ ਵਿੱਚ ਜਦੋਂ ਮੇਰੀ ਅੰਬੀ ਵੀਰੇ ਨਾਲ ਲੜਾਈ ਹੁੰਦੀ ਆ, ਉਹ ਵੀ ਵਧੀਆ। ਸੋ ਕੀ ਲੱਗ ਰਿਹਾ ਕਿ ਹਾਂ ਫਿਲਮ ਆਡੀਅੰਸ ਨੂੰ ਕਿੰਨੀ ਪਸੰਦ ਆਉਣ ਵਾਲੀ, ਕਿੰਨਾ ਕੰਫੀਡੈਂਸ ਆ ਰਿਹਾ, ਨਰਵਸਨੈਸ, ਕਿਸ ਤਰ੍ਹਾਂ ਫੀਲਿੰਗ ਆ? ਬਸ ਵਧੀਆ ਲੱਗਦੀ ਆ ਨਜ਼ਾਰੇ। ਮੈਂ ਹੁਣ ਕੀ ਕਹਾਂ, ਹੁਣ ਮੈਨੂੰ ਕੀ ਪਤਾ ਹੋਣਾ ਨਾ। ਅਤੇ ਹਾਂ, ਬਸ ਸੋਹਣੀ ਆ, ਸੋਹਣਾ ਆ, ਬਹੁਤ ਵਧੀਆ। ਅਮਰਦੀਪ ਗਿੱਲ ਭਾਈ ਨੇ ਬਹੁਤ ਵਧੀਆ ਡਾਇਰੈਕਸ਼ਨ ਕੀਤੀ ਆ, ਅਤੇ ਬਹੁਤ ਵਧੀਆ ਮੂਵੀ ਬਣਾਈ ਆ ਉਹਨਾਂ ਨੇ, ਅਤੇ ਬਹੁਤ ਇੰਜੋਏ ਕਰਦਾ ਮੈਂ। ਵੈਸੇ ਆਈ ਕੈਨ ਐਗਰੀ ਵਿਦ ਯੂ ਕਿ ਜਿਹੜੀ ਸਰ ਨੇ ਹਰਿਆਣੀ ਬੋਲੀ ਉਹ ਐਕਚੁਅਲੀ ਡਿਫੀਕਲਟ ਆ ਸਮਝਣ ਦੇ ਲਈ, ਮੈਨੂੰ ਹੁਣ ਦੇਖ ਕੇ ਪਤਾ ਲੱਗ ਗਿਆ ਕਿ ਲਾਸਟਲੀ ਆਪਾਂ ਹਰਿਆਣਵੀ 'ਚ ਗੱਲ ਕੀਤੀ। ਸੋ ਤੁਹਾਨੂੰ ਹੁਣ ਸਕਰੀਨ 'ਤੇ ਸਮਝ ਆ ਰਹੀ ਉਹਨਾਂ ਦੀ ਹਰਿਆਣਵੀ? ਹਾਂ, ਮੈਂ ਤਾਂ ਹੀ ਤੁਹਾਨੂੰ ਕਿਹਾ ਸੀ, ਮੈਂ ਕਿਹਾ ਮੈਨੂੰ ਹਰਿਆਣਵੀ ਬੋਲਣੀ ਬਹੁਤ ਔਖੀ ਸੀਗੀ, ਅਤੇ ਮੈਂ ਇੰਟਰਵਿਊ 'ਚ ਵੀ ਕਿਹਾ ਸੀਗਾ। ਹਾਂ, ਅਤੇ ਉਹ ਐਕਚੁਅਲੀ ਨਹੀਂ ਸਮਝ ਆਉਂਦੀ ਸੀ। ਚਲੋ ਕੋਈ ਨਾ, ਆਲ ਦਾ ਬੈਸਟ ਐਂਡ ਲੈਟਸ ਸੀ ਕਿ ਇੰਟਰਵਲ ਤੋਂ ਬਾਅਦ ਕੀ ਕੁਝ ਨਵਾਂ ਦਿਖਦਾ। ਥੈਂਕ ਯੂ ਸੋ ਮਚ। ਸੋ ਜੀ, ਸਾਡੇ ਨਾਲ ਜੁੜ ਚੁੱਕੇ ਨੇ ਇਸ ਫਿਲਮ ਦੇ ਹੀਰੋ, ਆਪਾਂ ਨੂੰ ਕਹਿ ਸਕਦੇ ਹਾਂ ਕਿਉਂਕਿ ਪੂਰੀ ਸਕਰੀਨ 'ਤੇ ਹੀ ਛਾਏ ਹੋਏ ਨੇ, ਦੀਪ ਸਿੱਧੂ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਗੱਲ ਤਾਂ ਕੰਗਰੈਚੁਲੇਸ਼ਨ, ਅੱਜ ਤੁਹਾਡੀ ਫਿਲਮ ਲੱਗੀ ਹੋਈ ਹੈ ਵੱਡੇ ਪਰਦੇ, ਬਹੁਤ ਚੰਗਾ ਰਿਸਪੌਂਸ ਆ ਰਿਹਾ ਸਵੇਰ ਦਾ, ਤੁਸੀਂ ਦੇਖੀ ਹੈ ਫਿਲਮ? ਹਾਂਜੀ ਹਾਂਜੀ, ਮੈਂ ਦੇਖੀ ਨਹੀਂ ਹਜੇ, ਮੈਂ ਅੱਜ ਤਾਂ ਨਹੀਂ ਦੇਖੀ, ਪਰ ਮੈਂ ਪਹਿਲਾਂ ਫਿਲਮ 'ਚ ਮੇਰੀ ਇਨਵੋਲਵਮੈਂਟ ਇੰਨੀ ਆ ਕਿ ਮੈਨੂੰ ਹਰ ਚੀਜ਼ ਦਾ ਪਤਾ। ਸੋ ਦੇਖੋ ਹੁਣ ਜੇ ਤੁਹਾਨੂੰ ਪਸੰਦ ਆ ਰਹੀ ਆ ਹਜੇ ਤੱਕ ਤਾਂ ਦੈਟਸ ਰੀਲੀ ਨਾਈਸ। ਸਵੇਰ ਦੇ ਕਿੰਨੇ ਫੋਨ ਮੈਸੇਜਸ ਆ ਚੁੱਕੇ ਨੇ ਐਂਡ ਵਿਚ ਵਨ ਇਜ਼ ਦ ਬੈਸਟ ਥਿੰਗ? ਕਾਫੀ ਫੋਨ ਤੇ ਮੈਸੇਜਸ ਆਏ ਆ ਜੀ, ਬੈਸਟ ਤਾਂ ਕਿਸੇ ਨੇ ਫੋਨ ਕਰਕੇ ਮੈਨੂੰ ਥੋੜਾ ਇਮੋਸ਼ਨਲ ਕਰਤਾ। ਹਾਂਜੀ, ਤੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ ਉਹਨਾਂ ਨੇ ਜਦੋਂ ਜੋ ਗੱਲਾਂ ਕਹੀਆਂ। ਉਹ ਕਹਿੰਦੇ ਸਕਰੀਨ ਤੋਂ ਥੋੜੀ ਇਮਾਨਦਾਰੀ ਝਲਕਦੀ ਆ, ਤੇ ਤੁਸੀਂ ਥੋੜੇ 'ਚ ਜਮਾਂ ਹੀ ਇੰਨੀ ਵੀ ਇੰਪਿਓਰਿਟੀ ਨਹੀਂ ਆ ਜਿਵੇਂ ਤੁਸੀਂ ਕੀ ਕੰਮ ਕੀਤਾ, ਕਿਉਂਕਿ ਇਹੋ ਜਿਹੀਆਂ ਫਿਲਮਾਂ ਬਣਾਉਣੀਆਂ ਇੰਨਾ ਬੋਲਡ ਸਬਜੈਕਟ ਨੂੰ ਹੈਂਡਲ ਕਰਨਾ ਬਹੁਤ ਔਖਾ, ਬੜਾ ਸਿੰਬੋਲਿਕ ਚੀਜ਼ਾਂ ਜਿਹੜੀਆਂ ਮੈਂ ਅਸੀਂ ਚਾਹੁੰਦੇ ਹਾਂ ਵੀ ਤੁਹਾਡੇ ਤੱਕ ਪਹੁੰਚਣ, ਇਦੋਂ ਬਾਅਦ ਬੜੀਆਂ ਸਿੰਬੋਲਿਕ ਚੀਜ਼ਾਂ ਉਹ ਪਹੁੰਚਣ ਤੁਹਾਡੇ ਤਾਈਂ। ਸੋ ਜਦੋਂ ਕੋਈ ਇਹੋ ਜਿਹੀ ਹੱਲਾਸ਼ੇਰੀ ਦਿੰਦਾ ਤਾਂ ਸੁਭਾਵਿਕ ਆ ਵੀ ਐਜ਼ ਐਨ ਆਰਟਿਸਟ ਤੁਸੀਂ ਕਿਤੇ ਨਾ ਕਿਤੇ ਇਮੋਸ਼ਨਲ ਹੋ ਜਾਂਦੇ ਹੋ ਇਸ ਗੱਲ ਲਈ। ਬਾਕੀ ਬਹੁਤ ਹੀ ਸੋਹਣਾ ਕੰਮ ਤੁਸੀਂ ਕੀਤਾ, ਹਰ ਫਰੇਮ, ਹਰ ਐਂਗਲ ਤੁਹਾਡੇ 'ਤੇ ਸਪੈਸ਼ਲੀ ਜਦੋਂ ਆਉਂਦਾ ਸਕਰੀਨ 'ਤੇ, ਸ਼ਾਇਦ ਬਾਕੀ ਸਾਰੀ ਚੀਜ਼ਾਂ ਆਪਣੇ ਆਪ ਹੀ ਬਲਰ ਹੋ ਜਾਂਦੀਆਂ ਨੇ ਬਹੁਤ। ਬਲਕਿ ਮੈਨੂੰ ਨਾ ਉਹ ਵਾਲੇ ਜ਼ੋਰਾ ਅਤੇ ਇਹ ਵਾਲੇ ਫੇਸ ਟੂ ਫੇਸ ਦੀਪ ਸਿੱਧੂ ਨੂੰ, ਦੋਨਾਂ ਨੂੰ ਇੰਟਰੈਕਟ ਕਰਨ 'ਚ ਕਾਫੀ ਹੋ ਰਿਹਾ ਕਿ ਯਾਰ ਇੰਨਾ ਲਾਈਕ ਬੰਦਾ ਹੋ ਸਕਦਾ ਸਕਰੀਨ? ਹਾਂਜੀ, ਇਹ ਤਾਂ ਜੀ ਹੁਣ ਕਿਰਦਾਰ ਹੀ ਇਹੋ ਜਿਹਾ ਬਾਕੀ ਲਿਖਿਆ ਗਿਆ ਸਾਹਿਬ ਨੇ ਉਸ ਤਰ੍ਹਾਂ। ਸੋ ਬਸ ਅਸੀਂ ਤਾਂ ਨਿਭਾਈ ਜਾਂਦੇ ਹਾਂ ਆਪਦਾ, ਇਮਾਨਦਾਰੀ ਨਾਲ ਨਿਭਾਈ ਜਾਂਦੇ ਹਾਂ ਜੀ ਕੰਮ। ਕੰਗ੍ਰੈਚੁਲੇਸ਼ਨ ਫੋਰ ਯੋਰ ਫਿਲਮ ਐਂਡ ਇਟਸ ਗੋਇੰਗ ਸੋ ਵੈਲ। ਥੈਂਕ ਯੂ ਸੋ ਮਚ ਐਂਡ ਕੰਗ੍ਰੈਚੁਲੇਸ਼ਨ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਸੋ ਸਾਡੇ ਨਾਲ ਜੁੜ ਚੁੱਕੇ ਨੇ ਸੋਨੀਆ ਮਾਨ, ਜੋ ਕਿ ਇੱਥੇ ਅੱਜ ਇਸ ਫਿਲਮ ਨੂੰ ਸਪੋਰਟ ਕਰਨ ਦੇ ਲਈ ਪਹੁੰਚਿਆ। ਵੈਲਕਮ, ਥੈਂਕ ਯੂ ਸੋ ਮਚ। ਓਕੇ, ਸੋ ਕਿੱਦਾਂ ਦੀ ਲੱਗ ਰਹੀ ਹੈ ਫਿਲਮ ਹੁਣ ਤੱਕ?
ਮੈਨੂੰ ਬਹੁਤ ਵਧੀਆ ਲੱਗ ਰਹੀ ਹੈ ਫਿਲਮ, ਔਰ ਮੈਂ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਪੰਜਾਬੀ ਫਿਲਮਾਂ ਇੰਨੇ ਵਧੀਆ ਲੈਵਲ 'ਤੇ ਬਣ ਰਹੀਆਂ ਨੇ, ਔਰ ਡਾਇਰੈਕਟਰ ਨੇ ਬਹੁਤ ਵਧੀਆ ਕੰਮ ਕੀਤਾ ਆ, ਐਂਡ ਆਈ ਥਿੰਕ ਸਿਨੇਮੇਟੋਗ੍ਰਾਫਰ ਨੇ ਵੀ ਬਹੁਤ ਵਧੀਆ ਕੰਮ ਕੀਤਾ ਆ, ਆਸ਼ੀਸ਼ ਜੀ ਨੇ ਵਧੀਆ ਕੰਮ ਕੀਤਾ, ਐਂਡ ਸਪੈਸ਼ਲੀ ਮੈਨੂੰ ਗੁਗੂ ਜੀ ਨੇ ਕਿਹਾ ਸੀਗਾ ਕਿ ਮੇਰੀ ਫਿਲਮ ਤੂੰ ਦੇਖ ਕੇ ਆਉਣੀ ਆ, ਐਂਡ ਆਈ ਐਮ ਹੇਅਰ ਟੂਡੇ ਬਿਕੋਜ਼ ਆਫ ਗੁਗੂ ਜੀ, ਐਂਡ ਗੁਗੂ ਜੀ ਨੇ ਜਿਸ ਤਰੀਕੇ ਦੇ ਨਾਲ ਹਰਿਆਣਵੀ ਬੋਲੀ ਆ, ਆਈ ਐਮ ਅ ਹਿਊਜ ਫੈਨ ਆਫ ਗੁਗੂ, ਸਮਝ ਆ ਰਹੀ ਹੈ ਹਰਿਆਣਵੀ ਆ ਰਹੀ ਹੈ, ਬਟ ਲਾਈਕ ਯੂ ਨੋ, ਬਟ ਆਈ ਐਮ ਵੈਰੀ ਹੈਪੀ ਦੈਟ ਗੁਗੂ ਜੀ ਦੀ ਮੈਂ ਬਹੁਤ ਵੱਡੀ ਫੈਨ ਸੀਗੀ ਪਹਿਲਾਂ ਵੀ, ਬਟ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਕਿਰਦਾਰ ਨਿਭਾਇਆ ਆ ਚੌਟਾਲਾ ਜੀ ਦਾ, ਇਟਸ ਰੀਅਲੀ ਨਾਈਸ, ਐਂਡ ਬਾਕੀ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ, ਸਿੰਘੇ ਦਾ ਕੰਮ ਬਹੁਤ ਵਧੀਆ ਆ ਬਿਕੋਜ਼ ਇਟ ਡਜ਼ਨਟ ਸੀਮਸ ਲਾਈਕ ਕਿ ਉਹਨੇ ਪਹਿਲੀ ਵਾਰੀ ਕੈਮਰਾ ਫੇਸ ਕੀਤਾ, ਹੀ ਇਜ਼ ਵੈਰੀ ਕੌਨਫੀਡੈਂਟ। ਅੱਛਾ, ਹੁਣ ਤੱਕ ਕਿਹੜਾ ਬੈਸਟ ਸੀਨ ਲੱਗਿਆ ਤੁਹਾਨੂੰ ਫਿਲਮ 'ਚ, ਜਾਂ ਕਿਹੜਾ ਕਿਰਦਾਰ ਸਭ ਤੋਂ ਜ਼ਿਆਦਾ ਇੰਟਰਸਟਿੰਗ ਲੱਗਿਆ? ਮੈਨੂੰ ਐਕਚੁਲੀ ਸਾਰਿਆਂ ਦਾ ਕਿਰਦਾਰ, ਮੈਨੂੰ ਗੁਗੂ ਜੀ ਦਾ ਬੇਸਿਕਲੀ ਕਿਰਦਾਰ ਬਹੁਤ ਵਧੀਆ ਲੱਗਾ, ਗੁਗੂ ਜੀ ਨੇ ਹਰਿਆਣਵੀ ਬਹੁਤ ਵਧੀਆ ਬੋਲੀ ਆ, ਐਂਡ ਮੈਨੂੰ ਮਾਹੀ ਜੀ ਦਾ ਵੀ ਐਜ਼ ਐਨ ਪੁਲਿਸ ਆਫਿਸਰ ਸ਼ੀ ਇਜ਼ ਅਮੇਜ਼ਿੰਗ ਐਂਡ ਸ਼ੀ ਇਜ਼ ਵੈਰੀ ਕੌਨਫੀਡੈਂਟ ਅਬਾਊਟ ਦੈਟ, ਐਂਡ ਸਾਰਿਆਂ ਦਾ ਕੰਮ ਵਧੀਆ ਲੱਗਾ ਐਕਚੁਲੀ। ਥੈਂਕ ਯੂ ਸੋ ਮਚ ਫੋਰ ਕਮਿੰਗ, ਐਂਡ ਗੁਗੂ ਜੀ ਦਾ ਤੁਸੀਂ ਸਾਥ ਦੇ ਰਹੇ ਹੋ ਇਸੇ ਤਰ੍ਹਾਂ ਪੰਜਾਬੀ ਇੰਡਸਟਰੀ ਤੁਸੀਂ ਸਾਥ ਦਿੰਦੇ ਰਹੇ, ਥੈਂਕ ਯੂ ਸੋ ਮਚ, ਵੈਲਕਮ। ਯਾਦਗਰਵਾਲ ਜੀ ਸਾਡੇ ਨਾਲ, ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਫਿਲਮ ਫਾਈਨਲੀ ਰਿਲੀਜ਼ ਹੋ ਚੁੱਕੀ ਹੈ, ਜਿਸ ਤਰ੍ਹਾਂ ਦਾ ਆਪਾਂ ਰਿਸਪੋਂਸ ਵੇਖ ਸਕਦੇ ਹਾਂ, ਬਹੁਤ ਹੀ ਪੋਜ਼ਿਟਿਵ, ਬਹੁਤ ਹੀ ਵਧੀਆ ਰਿਸਪੋਂਸ ਜਿਹੜਾ ਮਿਲ ਰਿਹਾ ਹੈ, ਸੋ ਹੁਣ ਕਿੰਨੀ ਖੁਸ਼ੀ ਹੋ ਰਹੀ, ਪਹਿਲਾਂ ਕਿੰਨੀ ਤਾਂ ਐਕਸਾਈਟਮੈਂਟ ਹੋ ਰਹੀ ਦੱਸੋ। ਲਾਈਕ ਆਈ ਐਮ ਡੈਮ 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 ਹੈਪੀ ਡੈਮ ਐਕਸਾਈਟਡ, ਐਂਡ ਬਹੁਤ ਅੱਛੇ ਰਿਜ਼ਲਟਸ ਮਿਲ ਰਹੇ ਨੇ ਨਾ, ਪਬਲਿਕ ਦੇ ਵਿੱਚ ਰੁਝਾਨ ਦੇਖ ਕੇ ਤੁਸੀਂ ਦੇਖ ਹੀ ਲਿਆ ਹੋਣਾ ਵੀ ਪਬਲਿਕ ਈਵਨ ਮੋਰ ਐਕਸਾਈਟਡ ਦੈਨ ਅਸ ਟੂ ਵਾਚ ਦਿਸ ਫਲਿਕ, ਸੋ ਆਈ ਐਮ ਵੈਰੀ ਹੈਪੀ। ਫਿਲਮ ਦਾ ਅਗਰ ਰਿਵਿਊ ਆਲ ਓਵਰ ਆਪਾਂ ਦੇਖੀਏ ਤਾਂ ਪੂਰੀ ਫਿਲਮ ਦੇ ਵਿੱਚ ਕਿਰਦਾਰ ਜਿਹੜੇ ਸੀ, ਹਰ ਕੋਈ ਆਪਣੇ ਕਿਰਦਾਰ 'ਚ ਮੰਝੇ ਹੋਏ ਨਜ਼ਰ ਆ ਰਹੇ ਸੀ, ਲੇਕਿਨ ਤੁਹਾਡੇ ਸਿਚੁਏਸ਼ਨ 'ਚ ਜਿਹੜੀ ਬੜੀ ਡਾਈਸੀ ਸੀ, ਅਸੀਂ ਹਰ ਸੀਨ 'ਤੇ ਜੱਜ ਕਰ ਰਹੇ ਸੀ, ਹੁਣ ਪਲਟੀ ਖਾਓਗੇ, ਇਹ ਹੁਣ ਪਲਟੀ ਖਾਓਗੇ, ਇਹ ਹੁਣ ਪਲਟੀ ਖਾਓਗੇ, ਸੋ ਕੀ ਤੁਸੀਂ ਚੈਪਟਰ 3 'ਚ ਪਲਟੀ ਖਾਓਗੇ? ਜੀ ਨਹੀਂ ਖਾਂਦੇ, ਬਿਲਕੁਲ ਉਹ ਇਸ ਕਰਕੇ ਰਿਵੀਲ ਕਰ ਰਹੇ ਹਾਂ ਕਿਉਂਕਿ ਅਸੀਂ ਇਹਦੇ ਟ੍ਰੇਲਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਹੈ ਨਾ, ਪ੍ਰੋਮੋਸ ਦੇ ਵਿੱਚ ਉਹਦੇ 'ਚ ਅਸੀਂ ਪਹਿਲਾਂ ਵੀ ਲੋਕਾਂ ਨੂੰ ਮਤਲਬ ਥੋੜ੍ਹਾ ਲਿਜਾਉਣ ਦੀ ਕੋਸ਼ਿਸ਼ ਕਰੀ, ਅਸੀਂ ਟ੍ਰੇਲਰ ਸਪੈਸ਼ਲ ਸ਼ੂਟ ਕੀਤਾ ਸੀਗਾ ਤਾਂ ਕਿ ਲੋਕਾਂ ਨੂੰ ਲੱਗੀ ਜਾਵੇ ਐਂ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਬਟ ਹੁਣ ਐਕਸਪੋਜ਼ ਹੋ ਗਈ ਗੱਲ ਵੀ ਨਹੀਂ ਕਰ ਰਿਹਾ, ਹੁਣ 3rd ਚੈਪਟਰ ਦੇ ਵਿੱਚ ਕੁਝ ਹੋਰ ਹੈ। ਅਤੇ ਜਦੋਂ ਐਸੀ ਸੀਰੀਜ਼ ਦਾ ਹਿੱਸਾ ਬਣਦੇ, ਐਸੀ ਸੀਰੀਜ਼ ਦਾ ਪਾਰਟ ਬਣਦੇ, ਤਾਂ ਕਿੰਨਾ ਕੌਨਫੀਡੈਂਟ ਆਉਂਦਾ? ਬਿਲਕੁਲ ਬਹੁਤ ਕੌਨਫੀਡੈਂਸ ਹੁੰਦਾ ਹੈਗਾ ਕਿਉਂਕਿ ਹਿੱਸੇ ਉਹਦੀ ਬਣਦੇ ਨੇ, ਜਦੋਂ ਇੱਕ ਫਿਲਮ ਸਕਸੈਸ ਹੁੰਦਾ, ਇੱਕ ਪ੍ਰੋਜੈਕਟ ਜਦੋਂ ਸਕਸੈਸਫੁਲ ਹੁੰਦਾ ਉਹਦੀਆਂ ਅਗਲੇ ਪਾਰਟਸ ਬਣਦੇ ਨੇ, ਸੋ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਐਂਡ ਬਹੁਤ ਖੁਸ਼ੀ ਹੈ। ਔਰ ਸਾਡੇ ਸੈਕਿੰਡ ਪਾਰਟ ਮਤਲਬ ਇਟ ਵਾਜ਼ ਲਾਈਕ ਸੈਕਿੰਡ ਲੈਵਲ ਹੈ ਨਾ, ਜੋਰਾ 10 ਨੰਬਰ ਹੀ ਆ, ਹੁਣ ਜੋਰਾ 2nd ਚੈਪਟਰ, ਹੁਣ 3rd ਆਏਗਾ, ਉਹ ਇਸ ਤੋਂ ਵੀ ਉੱਪਰ ਦੀ ਹੈ। ਕੰਗ੍ਰੈਚੁਲੇਸ਼ਨ ਫੋਰ ਯੋਰ ਫਿਲਮ, ਸਤਿ ਸ਼੍ਰੀ ਅਕਾਲ ਬਾਬਾ, ਸਵਾਗਤ। ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕਸ ਅ ਲੋਟ ਜੀ। ਗੱਲ ਦੱਸੋ ਫਿਲਮ ਦੇ ਵਿੱਚ ਨਾ ਇੱਕ ਸੀਨ ਸੀਗਾ ਜਿੱਥੇ ਕਹਿੰਦੇ ਆ ਕਿ ਬਈ ਅਸੀਂ ਤਾਂ ਥੀਏਟਰ ਦੇ ਬੰਦਿਆਂ ਕੰਮ ਨਹੀਂ ਮਿਲਿਆ ਤਾਂ ਕਰਕੇ ਨਸ਼ਿਆਂ 'ਚ ਪੈ ਗਏ, ਅਤੇ ਜ਼ਿਆਦਾਤਰ ਹੁੰਦਾ ਕਿ ਥੀਏਟਰ ਦੇ ਲੋਕ ਜਿਹੜੇ ਮਿਹਨਤ ਵਾਲੇ ਵੀ ਹੁੰਦੇ, ਕੰਮ ਕਰਨ ਵਾਲੇ ਵੀ ਹੁੰਦੇ, ਉਹਨਾਂ ਨੂੰ ਕੰਮ ਨਹੀਂ ਮਿਲ ਪਾਉਂਦਾ। ਤੁਸੀਂ ਵੀ ਥੀਏਟਰ ਦੇ ਨਾਲ ਜੁੜੇ ਹੋ ਸੋ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ, ਲੇਕਿਨ ਤੁਸੀਂ ਆਪਣੀ ਥੀਏਟਰ ਲਾਈਫ ਦੇ ਦੌਰਾਨ ਕੈਸੇ ਕੈਸੇ ਸਿਚੁਏਸ਼ਨ ਦੇਖੀਏ ਕਿ ਐਕਚੁਅਲੀ ਜੋ ਪਰਦੇ 'ਤੇ ਦਿਖਾਇਆ ਗਿਆ ਉਹ ਸੱਚ ਹੈ? ਲੇਕਿਨ ਹੁਣ ਹੌਲੀ ਹੌਲੀ ਇੱਕ ਇਹ ਹੁੰਦਾ ਵੀ ਯੂਨੀਕ ਤੁਹਾਡੀ ਕੁਛ ਵੀ ਚੀਜ਼ ਆ, ਆਰਟਿਸਟ ਤਾਂ ਮਤਲਬ ਬਹੁਤ ਸਾਰੇ ਨੇ, ਮੈਨੂੰ 10-11 ਸਾਲ ਤੋਂ ਮੈਂ ਥੀਏਟਰ ਕਰਦਾ ਆ ਰਿਹਾ ਸੀ, ਅਤੇ ਉਸ ਤੋਂ ਬਾਅਦ ਆਡੀਸ਼ਨਸ ਬਹੁਤ ਦਿੱਤੇ, ਮਤਲਬ ਦਿੰਦਾ ਆ ਰਿਹਾ ਜਾਂ ਉੱਦਾਂ, ਜੋਰਾ 1st ਪਾਰਟ ਦੇ ਵਿੱਚ ਮੈਂ ਆਡੀਸ਼ਨ ਥਰੂ ਹੀ ਸਿਲੈਕਟ ਹੋਇਆ ਸੀ, ਅਤੇ ਆਈ ਨੋ ਕਿ ਉਸ ਮੈਨੂੰ 12 ਵਜੇ ਖੜਿਆ ਸੀ, ਮੇਰੀ 4:30 ਟਰਨ ਆਈ ਸੀ ਲਾਈਨ 'ਚ ਕਰਕੇ, ਅਤੇ ਉਹ ਅੱਛਾ ਲੱਗਿਆ ਸੀ, ਮੇਰੀ 1st ਬਾਲੀਵੁੱਡ ਮੂਵੀ ਸੀ ਜੋਰਾ 10 ਨੰਬਰੀਆਂ। ਅਤੇ ਹੁਣ ਥੀਏਟਰ ਦੀ ਗੱਲ ਕਰਾਂ ਤਾਂ ਮੈਂ ਇੱਕ ਓਪਰਚੁਨਿਟੀਜ਼ ਹੁੰਦੀਆਂ ਨੇ, ਜਿਵੇਂ ਫੋਰ ਐਗਜ਼ਾਮਪਲ ਟਿਕਟੋਕ ਹੈ, ਉਹ ਯੂਜ਼ ਐਂਡ ਮਿਸਯੂਜ਼ ਵੀ ਹੁੰਦਾ, ਉਹਨੂੰ ਸਹੀ ਪਲੇਟਫਾਰਮ ਯੂਜ਼ ਕਿੱਦਾਂ ਕਰਨਾ ਹੈ, ਤੁਹਾਡੀ ਆਪਣੇ 'ਚ ਕਿੰਨਾ ਕੁ ਪੋਟੈਂਸ਼ੀਅਲ ਹੈ, ਕਿੰਨੇ ਕੁ ਤੁਸੀਂ ਮਿਹਨਤ ਕਰਦੇ ਹੋ, ਕਿੰਨਾ ਕੁ ਤੁਸੀਂ ਆਪਣੇ ਕੰਮ ਲਈ ਡਿਟਰਮੀਨੇਸ਼ਨ ਹੋ, ਮਿਹਨਤ ਦਾ ਫਲ ਅੱਜ ਨਹੀਂ ਤਾਂ ਕੱਲ੍ਹ ਨੂੰ ਪੇ ਜ਼ਰੂਰ ਹੁੰਦਾ ਹੈ, ਪਰ ਇੱਦਾਂ ਇੱਕ ਚਾਂਸਿਸ ਮਿਲਣੇ ਇੰਡਸਟਰੀ ਦੇ ਵਿੱਚ, ਹੋਰ ਜੋ ਗੱਲਾਂ ਬਾਤਾਂ ਨੇ, ਕਿਸੇ ਨੇ ਕਿਤੇ ਹੋਰ ਰੁਕਾਵਟਾਂ ਹੁੰਦੀਆਂ ਨੇ ਆਰਟਿਸਟਾਂ ਵਾਸਤੇ, ਸਹੀ ਟੈਲੈਂਟ ਸਾਹਮਣੇ ਆਉਣਾ ਚਾਹੀਦਾ, ਚਾਹੇ ਅੱਜ ਨਹੀਂ ਤਾਂ ਕੱਲ੍ਹ ਨੂੰ ਦੇਰ ਨਾਲ ਆਏ ਜਾਂਦਾ ਜੀ, ਸੋ ਮੈਂ ਇਹ ਸਿੱਖਿਆ ਤਾਂ ਪੇਸ਼ੈਂਸ ਇਜ਼ ਦਾ ਬੈਸਟ ਲੈਵਲ ਫੋਰ ਦੈਟ, ਕਿ ਸਬਰ ਨਾਲ ਇਹ ਸਾਰਾ ਕੁਛ ਹੈ। ਆਪਾਂ ਵੈਸੇ ਤੁਹਾਡੇ ਹਰ ਇੰਟਰਵਿਊ 'ਚ ਇਸ ਚੀਜ਼ ਦਾ ਜ਼ਰੂਰ ਜ਼ਿਕਰ ਹੁੰਦਾ ਹੈਗਾ, ਯਾਰ ਜਿਗਰੀ ਕਸੂਤੀ ਡਿਗਰੀ, ਜਿਹਦੇ ਨਾਲ ਤੁਹਾਨੂੰ ਐਕਚੁਅਲੀ ਇੱਕ ਪਹਿਚਾਣ ਮਿਲੀ, ਇੱਕ ਚਿਹਰਾ ਮਿਲਿਆ, ਸੋ ਕੀ ਸਾਨੂੰ ਉਸਦਾ ਵੀ 2nd ਪਾਰਟ ਵੇਖਣ ਨੂੰ ਮਿਲੇਗਾ? ਹਾਂਜੀ, ਉਹ ਤਾਂ ਬਹੁਤ ਜਲਦ ਆ ਰਿਹਾ ਜੀ, ਅਤੇ ਸ਼ੂਟ ਚੱਲ ਰਿਹਾ ਇਸ ਟਾਈਮ, ਆਈ ਹੋਪ ਸੋ ਕਿ ਮਈ ਦੇ ਵਿੱਚ ਰਿਲੀਜ਼ ਹੋਵੇ, ਬਟ ਅਜੇ ਫਾਈਨਲ ਨਹੀਂ ਹੈ, ਅਤੇ ਮਈ ਦੇ ਵਿੱਚ ਰਿਲੀਜ਼ ਹੋਣਾ, ਸ਼ੂਟ ਚੱਲ ਰਿਹਾ ਕੰਟੀਨਿਊ। ਹਾਂਜੀ ਹਾਂਜੀ, ਅੱਜ ਜ਼ੋਰਾ ਜਦ ਰਿਲੀਜ਼ ਹੋਈ ਹੈ ਤਾਂ ਕੀ ਕਹਿਣਾ ਚਾਹੋਗੇ ਆਪਣੇ ਫੈਨਸ ਨੂੰ ਜ਼ੋਰਾ ਬਾਰੇ? ਬਸ ਸੀਰੀਅਸਲੀ ਇੰਨੀ ਸਪੋਰਟ, ਇੰਨੇ ਮੈਸੇਜਿਸ, ਕੰਪਲੀਮੈਂਟਸ ਆ ਰਹੇ ਨੇ, ਤਾਂ
ਅਨਐਕਸਪੈਕਟਡ ਹੈ ਸਭ ਕੁਛ, ਅਤੇ ਜਿਨ੍ਹਾਂ ਨੇ ਹਜੇ ਨਹੀਂ ਦੇਖੀ ਸੋ ਪਲੀਜ਼ ਦੇਖਿਓ, ਤਾਂ ਨਾਰਾਜ਼ ਨਹੀਂ ਹੋਵੋਗੇ, ਇੰਨੀ ਮੇਰੀ ਗਰੰਟੀ ਹੈ। ਹਾਂਜੀ ਹਾਂਜੀ, ਕੰਗਰੈਚੁਲੇਸ਼ਨ ਫੋਰ ਯੋਰ ਫਿਲਮ, ਐਂਡ ਵੀ ਹੋਪ ਕਿ ਆਡੀਅੰਸ ਨੂੰ ਇਹ ਫਿਲਮ ਜ਼ਰੂਰ ਪਸੰਦ ਆਵੇ। ਥੈਂਕ ਯੂ ਸੋ ਮਚ, ਥੈਂਕਸ ਅ ਲੋਟ। ਸੋ ਜੀ, ਫਿਲਮ ਅਸੀਂ ਵੇਖ ਚੁੱਕੇ ਹਾਂ, ਫਿਲਮ ਦੀ ਸਟਾਰ ਕਾਸਟ ਨਾਲ ਤੁਹਾਡੀ ਮੁਲਾਕਾਤ ਕਰਵਾ ਚੁੱਕੇ ਹਾਂ, ਸੋ ਐਕਚੁਅਲ ਜਿਨ੍ਹਾਂ ਨੇ ਫਿਲਮ ਬਣਾਈ ਉਹਨਾਂ ਨਾਲ ਵੀ ਜ਼ਰਾ ਮੁਲਾਕਾਤ ਕਰਾ, ਪ੍ਰੋਡਿਊਸਰਸ ਨਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਅੱਛਾ ਸਰ, ਪਹਿਲਾਂ ਮੈਨੂੰ ਇਹ ਦੱਸੋ ਕਿ ਜ਼ੋਰਾ ਤੋਂ ਬਾਅਦ ਹੁਣ ਜ਼ੋਰਾ ਦਾ ਜਿਹੜਾ ਸੈਕਿੰਡ ਚੈਪਟਰ ਹੈ, ਸੀਕੁਅਲ ਫਿਲਮ ਤਾਂ ਜ਼ਿਆਦਾ ਲੋੜ ਹੁੰਦਾ ਵੈ ਕਿ ਜ਼ਿਆਦਾ ਐਕਸਪੈਕਟੇਸ਼ਨਸ ਹੁੰਦੀਆਂ ਨੇ, ਵਧੀਆ ਬਣਨੀ ਚਾਹੀਦੀ ਹੈ, ਸੋ ਤੁਹਾਨੂੰ ਕੀ ਲੱਗਦਾ ਕਿ ਹਾਂ ਪਬਲਿਕ ਦੀ ਐਕਸਪੈਕਟੇਸ਼ਨ 'ਤੇ ਫਿਲਮ ਖਰੀ ਉਤਰੀ ਜਾਂ ਨਹੀਂ? ਮੈਨੂੰ ਲੱਗਦਾ ਤੁਹਾਨੂੰ ਸੋਸ਼ਲ ਮੀਡੀਆ 'ਤੇ ਜਾ ਕੇ ਨਾ ਰਿਵਿਊ ਪੜ੍ਹਨੇ ਚਾਹੀਦੇ ਨੇ। ਮੇਰਾ ਵਿਊ ਤਾਂ ਇਹ ਹੈਗਾ ਕਿ ਦੇਖੋ, ਮੈਂ ਬਹੁਤ ਮਿਹਨਤ ਕੀਤੀ ਹੈ, 2 ਸਾਲ ਲਗਾਏ ਨੇ, ਠੀਕ ਹੈ, ਹੁਣ ਫਿਲਮ ਜਿਹੜੀ ਆ ਪਬਲਿਕ ਪਲੇਟਫਾਰਮ 'ਤੇ ਹੈ, ਲੋਕਾਂ ਦੇ ਵਿੱਚ ਹੈ, ਅਤੇ ਲੋਕਾਂ ਦਾ ਰਿਵਿਊ ਸਾਡੇ ਲਈ ਜ਼ਿਆਦਾ ਮਾਇਨੇ ਰੱਖਦਾ। ਫਿਲਮ ਦੀ ਅਗਰ ਆਪਾਂ ਸਟਾਰਕਾਸਟ ਦੀ ਗੱਲ ਕਰੀਏ, ਸਟਾਰਕਾਸਟ 'ਚ ਕੁਝ ਹੋਰ ਨਵੇਂ ਚਿਹਰੇ ਵੀ ਐਡ ਹੋਏ ਨੇ, ਕਿੰਨਾ ਸੌਖਾ ਜਾਂ ਕਿੰਨਾ ਔਖਾ ਸੀਗਾ ਉਹਨਾਂ ਨੂੰ ਔਨ ਬੋਰਡ ਲੈ ਕੇ ਆਉਣਾ? ਦੇਖੋ, ਜਿਹੜੀ ਇਹ ਫਿਲਮ ਹੈ ਨਾ ਜ਼ੋਰਾ, ਜਿਹੜੀ ਸੀਰੀਜ਼ ਹੈ, ਇਹ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਹੈ। ਇਹ ਸਮਾਜ ਵਿੱਚੋਂ ਹੀ ਕਰੈਕਟਰ ਲਏ ਜਾਂਦੇ ਨੇ, ਠੀਕ ਹੈ, ਅਤੇ ਉਹ ਜਿੱਦਾਂ ਜਿੱਦਾਂ ਅੱਗੇ ਅੱਗੇ ਸੀਕੁਅਲ ਇਹਦੇ ਆਉਣਗੇ, ਤਾਂ ਜਿਹੜੇ ਕਿਰਦਾਰ ਖਤਮ ਹੋ ਰਹੇ ਉਹਦੇ ਨਾਲ ਨਵੇਂ ਨਵੇਂ ਕਿਰਦਾਰ ਇੰਟਰੋਡਿਊਸ ਹੁੰਦੇ ਰਹਿਣਗੇ। ਜਿਵੇਂ ਤੁਸੀਂ ਦੇਖਿਆ, ਸਿੰਘਾ ਬਾਕਮਾਲ ਐਕਟਰ ਹੈ, ਠੀਕ ਹੈ ਜੀ, ਜਪਜੀ ਮੈਮ ਨੇ ਬਹੁਤ ਵਧੀਆ ਕੰਮ ਕੀਤਾ, ਸੋਨਪ੍ਰੀਤ ਜਵੰਦਾ ਨੇ ਬਹੁਤ ਵਧੀਆ ਕੰਮ ਕੀਤਾ, ਅਮ੍ਰਿਤ ਐਮ ਬੀ ਨੇ ਬਹੁਤ ਵਧੀਆ ਕੰਮ ਕੀਤਾ, ਅਤੇ ਇਹ ਫਿਲਮ ਜਿੱਦਾਂ ਜਿੱਦਾਂ ਅੱਗੇ ਵਧੀ ਜਾਏਗੀ, ਅਤੇ ਉਦੋਂ ਤਾਂ ਨਵੇਂ ਨਵੇਂ ਕਿਰਦਾਰ ਆਉਂਦੇ ਜਾਣਗੇ। ਈਜ਼ੀ ਰਿਹਾ ਕਿਉਂਕਿ ਜ਼ੋਰਾ ਆਲਰੇਡੀ ਇੱਕ ਬ੍ਰਾਂਡ ਨੇਮ ਬਣ ਚੁੱਕਿਆ, ਸੋ ਉਹਦੇ ਕਰਕੇ ਐਕਟਰਸ ਨੂੰ ਔਨ ਬੋਰਡ ਲਿਆਉਣਾ ਕਾਫੀ ਈਜ਼ੀ ਰਿਹਾ। ਜਦੋਂ ਤੁਹਾਡੇ ਕੋਲ ਕੰਟੈਂਟ ਹੁੰਦਾ ਹੈ ਨਾ, ਜਦੋਂ ਤੁਹਾਡੇ ਕੋਲ ਇੱਕ ਕਹਾਣੀ ਬਿਲਕੁਲ ਸਹੀ ਲਾਈਨ 'ਚ ਹੁੰਦੀ ਹੈ, ਤਾਂ ਫਿਰ ਤੁਸੀਂ ਜਿਹਨੂੰ ਮਰਜ਼ੀ ਲਿਆ ਸਕਦੇ ਹੋ, ਫਿਰ ਕੋਈ ਦਿੱਕਤ ਨਹੀਂ। ਅਗਲੀ ਫਿਲਮ ਲਈ ਕੋਈ ਹੀਰੋਇਨ ਤਾਂ ਨਹੀਂ ਚਾਹੀਦੀ ਹੋਰ? ਸਾਡੀ ਫਿਲਮ 'ਚ ਹੀਰੋਇਨ ਘੱਟ ਹੁੰਦੀਆਂ ਨੇ, ਤੁਸੀਂ ਦੇਖ ਹੀ ਲਿਆ। ਤੁਸੀਂ ਨੇਤਾ ਵੀ ਬਣ ਸਕਦੇ, ਦੇਖੋ ਮੈਂ ਸਾੜੀ ਪਾਈ ਹੋਈ ਆਮ ਆਲਰੇਡੀ ਪ੍ਰੈਕਟਿਸ ਹੀ। ਕੋਈ ਗੱਲ ਨਹੀਂ ਜੀ, ਦੇਖਦੇ ਹਾਂ ਨੈਕਸਟ ਟਾਈਮ, ਠੀਕ ਹੈ। ਜਸਟ ਕਿਡਿੰਗ, ਬਹੁਤ ਹੀ ਸੋਹਣੀ ਫਿਲਮ ਸੀ, ਬਹੁਤ ਹੀ ਸੋਹਣਾ ਹਰ ਕਿਰਦਾਰ ਨੇ ਕੰਮ ਕੀਤਾ, ਪ੍ਰੋਡਕਸ਼ਨ ਵੈਲਿਊ ਵੀ ਕਾਫੀ ਲਾਰਜ ਸਾਨੂੰ ਵੇਖਣ ਨੂੰ ਮਿਲ ਰਹੀ ਹੈ। ਕੰਗਰੈਚੁਲੇਸ਼ਨ ਟੂ ਆਲ ਆਫ ਯੂ, ਐਂਡ ਆਈ ਹੋਪ ਕਿ ਜਿਸ ਤਰ੍ਹਾਂ ਤੁਸੀਂ ਕੌਨਫੀਡੈਂਟ ਹੋ ਇਸ ਫਿਲਮ ਨੂੰ ਲੈ ਕੇ, ਉਸੇ ਤਰ੍ਹਾਂ ਪਬਲਿਕ ਵੀ ਕੌਨਫੀਡੈਂਟਲੀ ਇਸ ਫਿਲਮ ਨੂੰ ਲਾਈਕ ਕਰੇ। ਮੈਂ ਇੱਕ ਹੀ ਗੱਲ ਕਹਿੰਦਾ ਕਿ ਫਿਲਮਾਂ ਪੈਸੇ ਨਾਲ ਨਹੀਂ, ਪੈਸ਼ਨ ਨਾਲ ਬਣਦੀਆਂ ਨੇ, ਠੀਕ ਹੈ, ਜਦੋਂ ਪੈਸ਼ਨ ਹੋਵੇ ਫਿਰ ਤੁਸੀਂ ਕੁਝ ਵੀ ਸਿਰ ਸਕਦੇ ਹੋ। ਓਕੇ ਸਰ, ਥੈਂਕ ਯੂ ਸੋ ਮਚ, ਐਂਡ ਕੰਗਰੈਚੁਲੇਸ਼ਨ ਟੂ ਆਲ ਆਫ ਯੂ। ਥੈਂਕ ਯੂ। ਸੋ ਜੀ, ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਫਿਲਮ ਦੇ ਡਾਇਰੈਕਟਰ ਨਾਲ, ਕੈਪਟਨ ਆਫ ਦਾ ਸ਼ਿਪ ਦੇ ਨਾਲ। ਕੰਗਰੈਚੁਲੇਸ਼ਨ ਸਰ, ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦੇਣਾ ਚਾਹੂੰਗੀ, ਅੱਜ ਜਿਹੜੀ ਤੁਹਾਡੀ ਫਿਲਮ ਰਿਲੀਜ਼ ਹੋਈ ਹੈ, ਬਹੁਤ ਹੀ ਸੋਹਣੀ ਫਿਲਮ ਹੈ, ਅਤੇ ਇਸ ਦੇ ਨਾਲ ਹੀ ਬਹੁਤ ਬਹੁਤ ਸਵਾਗਤ। ਥੈਂਕ ਯੂ, ਬਹੁਤ ਮਿਹਰਬਾਨੀ ਤੁਹਾਡੀ ਵੀ, ਅਤੇ ਦੇਖਣ ਸੁਣਨ ਵਾਲਿਆਂ ਦੀ ਵੀ। ਸੋ ਸਰ, ਫਾਈਨਲੀ ਅੱਜ ਫਿਲਮ ਰਿਲੀਜ਼ ਹੋ ਚੁੱਕੀ ਹੈ, ਸੋ ਕਿਸ ਤਰ੍ਹਾਂ ਲੱਗ ਰਿਹਾ ਫਿਲਮ ਦੇ ਰਿਲੀਜ਼? ਉਹੀ ਗੱਲ ਆ ਕਿ ਬਹੁਤ ਪੈਸੇ ਲਾ ਕੇ, ਬਹੁਤ ਮਿਹਨਤ ਤੋਂ ਬਾਅਦ ਇੱਕ ਜਗ੍ਹਾ 'ਤੇ ਅਸੀਂ ਪਹੁੰਚਦੇ ਹਾਂ। ਅਸੀਂ ਉਹੀ ਸਿਨੇਮਾ ਬਣਾਉਂਦੇ ਹਾਂ ਜਿਹੜਾ ਅਸੀਂ ਪਸੰਦ ਕਰਦੇ ਹਾਂ, ਅਤੇ ਮੈਂ ਇੱਦਾਂ ਦਾ ਸਿਨੇਮਾ ਪਸੰਦ ਕਰਦਾ, ਕਿਸੇ ਹੋਰ ਨੂੰ ਹੋਰ ਤਰ੍ਹਾਂ ਦਾ ਸਿਨੇਮਾ ਪਸੰਦ ਹੋਊਗਾ, ਪਰ ਮੈਂ ਕਿਉਂਕਿ ਬਿਜ਼ਨਸ ਨੂੰ ਜਾਂ ਪੈਸੇ ਕਮਾਉਣ ਨੂੰ ਮੁੱਖ ਰੱਖ ਕੇ ਨਹੀਂ ਬਣਾਉਂਦਾ, ਮੈਨੂੰ ਜੋ ਅੰਦਰੋਂ ਚੰਗਾ ਲੱਗਦਾ ਮੈਂ ਉਹ ਬਣਾਉਣਾ, ਜੋ ਮੈਨੂੰ ਚੰਗਾ ਲੱਗਦਾ ਉਹ ਅਗਰ ਬਣਾ ਲਾਂ ਮੈਂ, ਅਤੇ ਉਹ ਤੁਹਾਨੂੰ ਵੀ ਪਸੰਦ ਆ ਜਾਏ ਤਾਂ ਬਹੁਤ ਵਧੀਆ ਗੱਲ ਹੁੰਦੀ ਹੈ। ਐਕਟਰਸ ਦੇ ਨਾਲ ਸ਼ੂਟਿੰਗ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਕਮਾਲ ਦਾ ਜੀ, ਬਹੁਤ ਕਮਾਲ ਦਾ। ਧਰਮ ਜੀ ਬਹੁਤ ਬਜ਼ੁਰਗ ਹੋ ਗਏ ਨੇ, ਬੜਾ ਔਖਾ ਸੀ ਸ਼ੂਟ ਕਰਨਾ, ਪਰ ਬਹੁਤ ਪਿਆਰ ਆ ਮੇਰਾ ਉਹਨਾਂ ਦੇ ਨਾਲ, ਦੀਪ ਦਾ ਬਹੁਤ ਪਿਆਰ ਆ, ਅਸੀਂ ਉਹਨਾਂ ਨੂੰ ਬਹੁਤ ਪਿਆਰ ਨਾਲ ਸ਼ੂਟ ਕੀਤਾ। ਦੀਪ ਅਤੇ ਮੈਂ ਤਾਂ ਅਸੀਂ ਇਕੱਠੇ ਹੀ ਰਹਿੰਦੇ ਹਾਂ, ਅਸੀਂ ਕਦੋਂ ਵੀ ਕੋਈ ਵੀ ਗੱਲ ਆ ਜਿਹੜੀ ਸਾਡੀ ਡਿਸਕਸ ਹੁੰਦੀ ਆ, ਹੈ ਨਾ। ਗੁੱਗੂ ਬਾਈ ਨਾਲ ਮੈਂ ਪਹਿਲੀ ਵਾਰੀ ਕੰਮ ਕੀਤਾ, ਮੇਰਾ ਬੜਾ ਸੁਪਨਾ ਸੀ ਗੁੱਗੂ ਗਿੱਲ ਸਾਹਿਬ ਨੂੰ, ਮਾਹੀ ਗਿੱਲ ਨੂੰ ਵੀ ਫਿਲਮ ਦੇ ਵਿੱਚ ਡਾਇਰੈਕਟ ਕਰਨ ਦਾ ਮੇਰਾ ਸੁਪਨਾ ਸੀ। ਉਸ ਤੋਂ ਇਲਾਵਾ ਸਾਡੇ ਜਿਹੜੀ ਪੁਰਾਣੀ ਟੀਮ ਆ ਸਾਡੀ, ਯਾਦਗਰੇਵਾਲ ਆ, ਚਾਹੇ ਪਾਲੀ ਸੰਧੂ ਆ, ਚਾਹੇ ਅੰਮ੍ਰਿਤ ਅੰਬੀ ਆ, ਚਾਹੇ ਕੁੱਲ ਸਿੱਧੂ ਆ, ਉਹ ਸਾਰੇ ਹੈਗੇ, ਉਹ ਤਾਂ ਸਾਡੇ ਘਰ ਦੇ ਨੇ, ਅਸੀਂ ਸਾਰਾ ਇੱਕ ਪਰਿਵਾਰ ਵਾਂਗੂ ਹਾਂ, ਅਤੇ ਦੀਪ ਵੀ ਇੱਕ ਪਰਿਵਾਰ ਵਾਂਗੂ ਹਾਂ। ਇੱਕ ਅਨਐਕਸਪੈਕਟਡ ਜਿਹੜਾ ਵਧੀਆ ਸੀ ਉਹ ਸੀ ਸਿੰਘਾ, ਕਿਉਂਕਿ ਮੈਨੂੰ ਬੜਾ ਡਰ ਲੱਗਦਾ ਸੀ ਇਸ ਗੱਲ ਦਾ, ਕਿਉਂਕਿ ਮੇਰੇ 'ਤੇ ਲੋਕ ਇੱਦਾਂ ਦੇ ਮੇਰੇ ਨੂੰ ਸਵਾਲ ਵੀ ਪੁੱਛਣ ਲੱਗ ਜਾਂਦੇ ਆ ਕਿ ਬਾਈ ਤੁਸੀਂ ਤਾਂ ਐਕਟਰਾਂ ਨਾਲ ਫਿਲਮ ਬਣਾਉਂਦੇ ਹੋ, ਤੁਸੀਂ ਸਿੰਗਰ ਕਿਉਂ ਲੈ ਲਿਆ? ਤਾਂ ਮੈਂ ਅਸਲ 'ਚ ਇਹੀ ਦੱਸਣਾ ਚਾਹੁੰਦਾ ਸੀਗਾ ਕਿ ਯਾਰ ਮੈਨੂੰ ਉਹ ਲੁੱਕ ਚਾਹੀਦੀ ਆ, ਇਸ ਕਰਕੇ ਮੈਂ, ਉਦੋਂ ਮੈਨੂੰ ਨਹੀਂ ਸੀ ਪਤਾ, ਹੈ ਨਾ, ਚਲੋ ਅਗਰ ਉਹ ਸਿੰਗਰ ਆ, ਉਹਨਾਂ ਦੀ ਪਰਸਨੈਲਿਟੀ ਦਾ ਜਾਂ ਉਹਨਾਂ ਦੀ ਪਾਪੂਲੈਰਿਟੀ ਦਾ ਫਿਲਮ ਨੂੰ ਕਮਰਸ਼ੀਅਲੀ ਫਾਇਦਾ ਹੁੰਦਾ ਤਾਂ ਕੋਈ ਮਾੜੀ ਗੱਲ ਨਹੀਂ ਗੀ, ਕਿਉਂਕਿ ਉਹੀ ਪ੍ਰੋਡਿਊਸਰ ਨੇ ਪੈਸੇ, ਮੈਂ ਪੈਸੇ ਲਾਉਣੇ ਨਹੀਂ, ਮੇਰੀ ਮਿਹਨਤ ਆ, ਮੇਰਾ ਦਿਮਾਗ ਆ, ਮੈਂ ਉਹ ਲਾਤਾ ਆਪਣਾ, ਪੈਸੇ ਪ੍ਰੋਡਿਊਸਰ ਨੇ ਲਾਏ ਆ, ਜੇ ਐਪਰੀਸ਼ੀਏਟ ਹੁੰਦੀ ਆ ਫਿਲਮ, ਐਪਰੀਸ਼ੀਏਸ਼ਨ ਮੈਨੂੰ ਮਿਲਦੀ ਆ,
ਪਰ ਜੇ ਫਿਲਮ ਚੱਲਦੀ ਹੈ ਤਾਂ ਪੈਸੇ ਆ ਜਿਹੜੇ ਉਹ ਪ੍ਰੋਡਿਊਸਰ ਨੂੰ ਮਿਲਦੇ ਆ, ਇਸ ਕਰਕੇ ਮੈਂ ਚਾਹੁੰਦਾ ਕਿ ਪ੍ਰੋਡਿਊਸਰ ਦਾ ਵੀ ਨੁਕਸਾਨ ਨਾ ਹੋਵੇ। ਬਹੁਤ ਹੀ ਸੋਹਣੀ ਤੁਹਾਡੀ ਫਿਲਮ ਹੈ ਅਤੇ ਬਹੁਤ ਹੀ ਸੋਹਣੇ ਸਾਰੇ ਸਟਾਰਸ ਨੇ ਕੰਮ ਕੀਤਾ, ਕੰਗਰੈਚੁਲੇਸ਼ਨ ਫੋਰ ਦਿਸ ਫਿਲਮ ਐਂਡ ਵੀ ਹੋਪ ਕਿ ਤੁਸੀਂ ਫਿਊਚਰ 'ਚ ਇਸੇ ਤਰ੍ਹਾਂ ਆਡੀਅੰਸ ਨੂੰ ਵਧੀਆ ਵਧੀਆ ਪ੍ਰੋਜੈਕਟਸ ਲੈ ਕੇ ਆਉਂਦੇ ਰਹੋ ਆਡੀਅੰਸ ਲਈ। ਥੈਂਕ ਯੂ ਸੋ ਮਚ ਐਂਡ ਕੰਗਰੈਚੁਲੇਸ਼ਨ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਸੋ ਜੀ, ਫਿਲਮ ਅਸੀਂ ਵੇਖ ਚੁੱਕੇ ਹਾਂ, ਫਿਲਮ ਦੇ ਐਕਟਰਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾ ਚੁੱਕੇ ਹਾਂ, ਸਿੰਘ ਇੱਥੇ ਪਹੁੰਚੇ ਹੋਏ ਨੇ, ਦੀਪ ਸਿੱਧੂ ਪਹੁੰਚੇ ਹੋਏ ਨੇ, ਫਿਲਮ ਦੇ ਡਾਇਰੈਕਟਰ ਇੱਥੇ ਪਹੁੰਚੇ ਹੋਏ ਨੇ ਅਤੇ ਹੋਰ ਪੰਜਾਬੀ ਇੰਡਸਟਰੀ ਦੇ ਕਈ ਸਟਾਰਸ ਜੋ ਕਿ ਇਸ ਫਿਲਮ ਨੂੰ ਸਪੋਰਟ ਕਰਨ ਦੇ ਲਈ ਇੱਥੇ ਪਹੁੰਚੇ ਹੋਏ ਨੇ। ਗੱਲ ਕਰੀਏ ਫਿਲਮ ਦੇ ਸਟਾਰ ਕਾਸਟ ਦੀ, ਤਾਂ ਫਿਲਮ ਦੇ ਸਟਾਰ ਕਾਸਟ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਜਾਣੇ ਮਾਣੇ ਚਿਹਰੇ ਨਜ਼ਰ ਆ ਰਹੇ ਨੇ। ਦੀਪ ਸਿੱਧੂ ਜੋ ਕਿ ਬਤੌਰ ਜੋਰਾ ਇਸ ਫਿਲਮ ਦੇ ਵਿੱਚ ਨਜ਼ਰ ਆ ਰਹੇ ਨੇ, ਸਿੰਘਾ ਨਿਊ ਐਂਟਰੀ, ਸੋਲਾ ਜਪਜੀ ਖਹਿਰਾ ਵੀ ਨਿਊ ਐਂਟਰੀ ਫਿਲਮ ਦੇ ਵਿੱਚ, ਲੇਕਿਨ ਦੋਨਾਂ ਨੇ ਬਹੁਤ ਹੀ ਸੋਹਣਾ, ਬਹੁਤ ਹੀ ਪ੍ਰੋਮਿਸਿੰਗ ਇੱਕ ਕੰਮ ਜਿਹੜਾ ਹੈ ਕੀਤਾ ਹੈ। ਸਿੰਘਾ ਦਾ ਡੈਬਿਊ ਬਹੁਤ ਹੀ ਪ੍ਰੋਮਿਸਿੰਗ ਲੱਗ ਰਿਹਾ ਹੈ ਅਤੇ ਸਿੰਘਾ ਇਸ ਫਿਲਮ ਤੋਂ ਬਾਅਦ ਥਰਡ ਪਾਰਟ ਦੇ ਵਿੱਚ ਵੀ ਕੰਟੀਨਿਊ ਕਰਨਗੇ, ਕਿਉਂਕਿ ਫਿਲਮ ਦੀ ਐਂਡਿੰਗ 'ਚ ਥਰਡ ਪਾਰਟ ਦੀ ਅਨਾਊਂਸਮੈਂਟ ਆਲਰੇਡੀ ਕਰ ਦਿੱਤੀ ਗਈ ਹੈ। ਸੋ ਜ਼ੋਰਾ ਇਸ ਫਿਲਮ ਦੇ ਨਾਲ ਹੀ ਇੱਕ ਬ੍ਰਾਂਡ ਦੇ ਤੌਰ 'ਤੇ ਇਸਟੈਬਲਿਸ਼ ਹੋ ਚੁੱਕਿਆ ਹੈ ਅਤੇ ਫਿਲਮ 'ਚ ਦੀਪ ਸਿੱਧੂ ਦੀ ਪਰਫੋਰਮੈਂਸ ਵਾਕਈ ਹੀ ਲਾਜਵਾਬ ਹੈ। ਆਪਣੀ ਪਿਛਲੀ ਫਿਲਮ ਦੇ ਨਾਲੋਂ ਵੀ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਦੀਪ ਸਿੱਧੂ ਨੇ ਇਸ ਫਿਲਮ ਦੇ ਵਿੱਚ ਕੀਤਾ ਹੈ। ਜਿਸ ਤਰ੍ਹਾਂ ਫਿਲਮ ਦਾ ਟ੍ਰੇਲਰ ਵਿਖਾ ਰਿਹਾ ਸੀ ਕਿ ਫਿਲਮ ਦੇ ਵਿੱਚ ਕਾਫੀ ਦੰਗੇ, ਪੋਲੀਟਿਕਸ ਅਤੇ ਇੱਕ ਡਾਰਕ ਲਾਈਫ ਜਿਹੜੀ ਉਹ ਵਿਖਾਈ ਗਈ ਹੈ, ਲੇਕਿਨ ਦੀਪ ਸਿੱਧੂ ਦਾ ਕੈਰੈਕਟਰ ਜਿਹੜਾ ਹੈ ਉਸ ਡਾਰਕ ਲਾਈਫ ਦੇ ਵਿੱਚ ਵੀ ਉਹ ਛੋਟੇ ਜਿਹੇ ਦੀਏ ਵਰਗਾ ਹੈ ਜਿਹੜਾ ਚਾਨਣ ਕਰਦਾ ਵਾ ਹਨੇਰੇ ਦੇ ਵਿੱਚ। ਸੋ ਦੀਪ ਦਾ ਕੰਮ ਬਹੁਤ ਸੋਹਣਾ ਹੈ, ਪੂਰੀ ਫਿਲਮ ਦੀ ਸਟਾਰ ਕਾਸਟ ਦਾ ਕੰਮ ਬਹੁਤ ਸੋਹਣਾ। ਡਾਇਰੈਕਸ਼ਨ ਪੁਆਇੰਟ ਆਫ ਵਿਊ ਤੋਂ ਫਿਲਮ ਥੋੜ੍ਹੀ ਜਿਹੀ ਕਿਤੇ ਕਿਤੇ ਤੁਹਾਨੂੰ ਵੀਕ ਲੱਗੇਗੀ, ਲੇਕਿਨ ਜ਼ਿਆਦਾਤਰ ਕੀ ਹੁੰਦਾ ਕਿ ਜਿਹੜੇ ਥ੍ਰਿਲਿੰਗ ਸਟੋਰੀਜ਼ ਹੁੰਦੀਆਂ ਨੇ, ਸਸਪੈਂਸ ਵਾਲੀ ਸਟੋਰੀਜ਼ ਹੁੰਦੀਆਂ ਨੇ, ਉਹਨਾਂ ਦੇ ਵਿੱਚ ਇੰਟਰਵਲ ਤੋਂ ਬਾਅਦ ਫਿਲਮ ਜਿਹੜੀ ਉਹ ਫਿੱਕੀ ਪੈ ਜਾਂਦੀ ਹੈ, ਲੇਕਿਨ ਇਹ ਫਿਲਮ ਇੰਟਰਵਲ ਤੋਂ ਬਾਅਦ ਹੋਰ ਜ਼ਿਆਦਾ ਇੰਟਰਸਟਿੰਗ ਅਤੇ ਸਟਰੋਂਗ ਹੋ ਜਾਂਦੀ ਹੈ। ਫਿਲਮ ਦੇ ਵਿੱਚ ਕਈ ਕਿਰਦਾਰ ਐਸੇ ਨੇ ਜੋ ਬੜੇ ਡਾਈਸੀ ਜਿਹੇ ਨੇ, ਤੁਹਾਨੂੰ ਹਰ ਵਾਰ ਉਹਨਾਂ ਨੂੰ ਦੇਖ ਕੇ ਇਹ ਲੱਗੇਗਾ ਕਿ ਸ਼ਾਇਦ ਹੁਣੇ ਡਾਈਸੀ ਸਿਚੁਏਸ਼ਨ ਕ੍ਰੀਏਟ ਕਰਨਗੇ, ਹੁਣੇ ਟਵਿਸਟ ਲਿਆਉਣਗੇ, ਲੇਕਿਨ ਕੰਟੀਨਿਊਸਲੀ ਇੱਕ ਇੱਦਾਂ ਸਸਪੈਂਸ ਜਿਹੜਾ ਉਹ ਬਣਿਆ ਰਹਿੰਦਾ। ਸੋ ਫਿਲਮ ਨੂੰ ਬਿਹਤਰੀਨ ਐਕਟਰਸ ਦੇ ਲਈ, ਫਿਲਮ ਨੂੰ ਇੱਕ ਵਧੀਆ ਕਹਾਣੀ ਦੇ ਲਈ, ਇੱਕ ਵਧੀਆ ਮੈਸੇਜ ਦੇ ਲਈ ਇਸ ਫਿਲਮ ਨੂੰ ਮਿਲਦੇ ਹਨ 3.5 out of 5 ਸਟਾਰਸ। ਅੱਜ ਦੇ ਲਈ ਫਿਲਹਾਲ ਇਹਨਾਂ ਹੀ, ਪੂਨਮ ਚੌਧਰੀ ਕੈਮਰਾਮੈਨ ਨਵਪ੍ਰੀਤ ਦੇ ਨਾਲ, ਐਂਡ ਸੰਝਾ ਟੀਵੀ ਚੰਡੀਗੜ੍ਹ।